ਨੰਬਰ 6 ਅੱਡੀ ਤੋਂ ਪੰਜੇ ਤੇ ਤੁਰਨਾ ਸਿੰਕ ਵੱਲ ਨੂੰ ਇੱਕ ਪਾਸਾ ਕਰਕੇ ਖੜ੍ਹੇ ਹੋਵੋ ਇੱਕ ਹੱਥ ਨਾਲ ਸਿੰਕ ਨੂੰ ਫੜਦੇ ਹੋਏ ਪੈਰਾਂ ਨੂੰ ਇੱਕ ਦੂਸਰੇ ਦੇ ਅੱਗੇ ਅੱਗੇ ਰੱਖਦੇ ਹੋਏ ਸਿੱਧਾ ਚਲੋ 3 ਤੋਂ 5 ਵਾਰੀ ਧਿਆਨ ਰੱਖੋ ਕਿ ਪੰਜਾ ਅਤੇ ਅੱਡੀ ਇੱਕ ਲਾਈਨ ਵਿੱਚ ਹੋਵੇ ਇਸੇ ਤਰ੍ਹਾਂ ਪਿੱਛੇ ਨੂੰ ਆਓ ਇਸ ਨੂੰ 2 ਜਾਂ 3 ਵਾਰੀ ਹੋਰ ਕਰੋ ਜੇ ਬਹੁਤ ਸੌਖਾ ਲੱਗੇ ਤਾਂ ਹੌਲੀ ਹੌਲੀ ਜ਼ਿਆਦਾ ਕਰੋ ਹਰ ਪਾਸੇ ਨੂੰ 15 ਵਾਰੀ ਤੱਕ ਫਿਰ ਰੈਸਟ ਕਰੋ ਹਰ ਪਾਸੇ ਨੂੰ ਹੋਰ 15 ਵਾਰੀ ਕਰਨ ਦੀ ਕੋਸ਼ਿਸ਼ ਕਰੋ ਹੌਲੀ ਹੌਲੀ ਸਿੰਕ ਜਾਂ ਕਾਊਂਟਰ ਨੂੰ ਕੱਟ ਫੜੋ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅਗਰ ਹੋਰ ਕਰਨਾ ਚਾਹੋ ਤਾਂ ਅਗਲੀ ਕਸਰਤ ਵੱਲ ਚਲੋ